ਪਟਾਕੇ ਪਵਾ ਦੀਏ, ਇੰਨਾ ਨਜ਼ਾਰਾ ਬਣ ਦੀਏ ਕਿ ਭਾਵੇਂ ਅੰਗ ਨਾਲ ਇੱਟ ਭੰਨ ਲਿਓ। ਏਡਾ ਜ਼ਬਰਦਸਤ ਨੁਸਖਾ ਲੈ ਕੇ ਆਇਆ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਪ੍ਰਿੰਸ, ਤਰਨ ਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਲਾਗੇ ਪਿੰਡ ਮਾਡਲ ਬੋਪਾ ਰਹੇ, ਆਪਣੀ ਅੱਡੇ ਦੇ ਸ਼ੋਪ ਆਪਣੀ ਬ੍ਰਾਂਚ ਏ। ਹਰ ਬੁੱਧਵਾਰ ਦੇ ਬੁੱਧਵਾਰ ਕੋਟ ਸੇਖਾਂ, ਹਰ ਸ਼ਨੀਵਾਰ ਦੇ ਸ਼ਨੀਵਾਰ ਅੰਮ੍ਰਿਤਸਰ, ਅਲਫਾ ਵਨ ਮੋਲ ਦੇ ਬਿਲਕੁਲ ਸਾਹਮਣੇ। ਇੰਨਾ ਜ਼ਬਰਦਸਤ ਨੁਸਖਾ ਦੱਸਾਂਗੇ ਨਾ ਜੇਕਰ ਕਿ ਜਿਹੜਾ ਔਰਤ ਦੇ ਮਨ ਨੂੰ ਖੁਸ਼ ਕਰ ਦੂਗਾ। ਜਨਾਨੀ ਕਹੂਗੀ ਕਿ ਬਸ ਤੂੰ ਹੀ ਮੇਰਾ ਸਾਈ ਆ, ਬਾਕੀ ਸਭ ਨਿਕੰਮੇ ਆ। ਏਡਾ ਜ਼ਬਰਦਸਤ ਨੁਸਖਾ ਏ, ਤੁਹਾਨੂੰ ਔਰ ਤੁਹਾਡੇ ਪੈਰ ਚੁੰਮਦੀ ਫਿਰੂਗੀ, ਤੁਹਾਡੇ ਮਗਰ ਮਗਰ ਤੁਰੀ ਫਿਰੂਗੀ, ਤੁਹਾਡਾ ਇੰਨਾ ਰੁਤਬਾ ਵੱਜੂਗਾ, ਇੰਨੀ ਟੌਹਰ ਵੱਜੂਗੀ ਕਿ ਤੁਸੀਂ ਕਹੋਗੇ ਕਿ ਸਭ ਸੰਦ ਨੂੰ ਸਲਾਮਾਂ ਜੀ। ਇਹ ਨੁਸਖਾ ਬਣਾਉਣਾ ਕਿਵੇਂ ਆ, ਵਰਤਣਾ ਕਿਵੇਂ ਆ, ਇਸਤੇਮਾਲ ਕਿਵੇਂ ਕਰਨਾ ਹੈ, ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ। ਸਭ ਤੋਂ ਪਹਿਲਾਂ ਲੈਣੀ ਹੈ ਸਵਰਨ ਪਸਮ 1 ਗ੍ਰਾਮ, ਹੀਰਾ ਪਸਮ 1 ਗ੍ਰਾਮ, ਜੁੰਦ ਰੇਗ ਮਾਹੀ ਇਹ ਲੈਣੇ 5-5 ਗ੍ਰਾਮ, ਕੇਸਰ 3 ਗ੍ਰਾਮ, ਸਫੇਦ ਮੁਸਲੀ, ਅਸ਼ਵਗੰਧਾ, ਸ਼ਤਾਵਰ, ਕੌਂਚ ਬੀਜ 50-50 ਗ੍ਰਾਮ, ਨਿੱਕੀ ਇਲਾਚੀ, ਜਲਵੱਤਰੀ, ਲੌਂਗ, ਜਾਇਫਲ 2-2 ਗ੍ਰਾਮ। ਸਭ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰਕੇ ਪਾਊਡਰ ਕਰੋ। ਇਹਦੇ ਵਿੱਚ 5 ਗ੍ਰਾਮ ਵੰਗ ਪਸਮ ਅਤੇ 5 ਗ੍ਰਾਮ ਪਰਵਾਲ ਪਿਸਤੀ ਪਾ ਲਓ। ਪੀਸ ਕੇ ਮਿਕਸ ਕਰਕੇ ਇਹਦਾ ਅੱਧਾ ਚਮਚਾ ਸਵੇਰੇ, ਅੱਧਾ ਚਮਚਾ ਸ਼ਾਮ ਨੂੰ ਗਾਂ ਦੇ ਦੁੱਧ ਨਾਲ ਖਾਣਾ ਹੈ। ਦੁੱਧ ਨੂੰ ਪਹਿਲਾਂ ਗਰਮ ਕਰ ਲਓ, ਉਬਾਲ ਲਓ, ਠੰਡਾ ਕਰਕੇ ਉਹਦੇ ਨਾਲ ਖਾਓ। ਇਹਨੂੰ ਤੁਹਾਡੇ ਅੰਦਰ ਇੱਕ ਐਸੀ ਬਿਜਲੀ, ਇੱਕ ਐਸੀ ਤਾਕਤ, ਇੱਕ ਐਸੀ ਐਨਰਜੀ ਬੋਲੇਗੀ ਕਿ ਔਰਤ ਕਰੂਗੀ ਜੀ ਹਾਂਜੀ ਹਾਂਜੀ ਹਾਂਜੀ, ਸਲਾਮਾਂ ਕਰਦੀ ਹੋਊ ਤੁਹਾਡੇ ਮਗਰ ਸਲਾਮਾਂ, ਤੁਹਾਡੇ ਪੈਰ ਚੁੰਮਦੀ ਫਿਰੂਗੀ। ਇਹ ਨੁਸਖਾ ਵਰਤ ਕੇ ਵੇਖੋ, ਇਹਨੂੰ ਬਣਾ ਕੇ ਵੇਖੋ, ਇਸਤੇਮਾਲ ਕਰਕੇ ਵੇਖੋ। ਇਹਨਾਂ ਨੂੰ ਮੇਰੀ ਵੀਡੀਓ ਚੰਗੀ ਨਾ ਲੱਗੇ ਉਹ ਦੂਰ ਰਹੋ ਅਤੇ ਮਾਫ਼ ਕਰਿਓ, ਕਿਉਂਕਿ ਇਹ ਉਹਨਾਂ ਵਾਸਤੇ ਆ ਇਹਨਾਂ ਦੇ ਘਰ ਖਰਾਬ ਹੋਣ ਡੇ ਆ ਜਿਹੜੇ ਲੋੜਵੰਦ ਆ। ਇਸ ਕਰਕੇ ਨੁਸਖਾ ਬਣਾਓ, ਵਰਤੋ, ਸਾਨੂੰ ਮਿਲਣਾ ਹੈ, ਸਾਡੀ ਸ਼ੋਪ 'ਤੇ ਆ ਜਾਓ, ਘਰੇ ਬੈਠੇ ਦਵਾਈ ਮੰਗਾਉਣੀ ਔਨਲਾਈਨ, ਦਿੱਤੇ ਨੰਬਰਾਂ 'ਤੇ ਸੰਪਰਕ ਕਰ ਲਓ। ਪ੍ਰਿੰਸ ਦੇਸੀ ਦਵਾਖਾਨਾ।